ਦੇਖੋ ਕਿਉਂਕਿ ਜਿਹੜੇ ਉਹ DSP ਲਗਾਏ ਗਏ ਸੀ, ਇਹ ਜਿਹੜੇ ਓਲੰਪਿਕ ਦਾ ਮੈਡਲ ਲੈ ਕੇ ਆਏ ਸੀ 2021 ਦੇ ਵਿੱਚ, ਉਹਦੇ ਜਿਹੜੀ ਅਚੀਵਮੈਂਟ ਕਰਕੇ ਜਿਹੜੇ ਪਲੇਅਰ ਇਹ ਸਾਰੇ 9 ਹਾਕੀ ਪਲੇਅਰ ਸੀ ਜਿਹੜੇ, ਕੁਛ DSP ਲਗਾਏ ਗਏ ਆ, ਕੁਛ PCS ਜਿਹੜੇ ਅਪੁਆਇੰਟ ਕੀਤੇ ਗਏ ਆ, ਅਤੇ ਇੱਕ ਏਸ਼ੀਅਨ ਮੈਡਲਿਸਟ ਸੀ ਤੇਜਿੰਦਰ ਤੂਰ, ਅਤੇ ਇੱਕ ਆਪਣੀ ਹਾਕੀ ਦੀ ਲੜਕੀ। ਸੋ ਮੈਂ ਵੀ ਇਹ ਜਿਹੜੀ ਖਬਰ ਹੈ ਇਹ ਕੱਲ੍ਹ ਜਿਹੜੀ ਪਤਾ ਲੱਗਿਆ, ਹੁਣ ਇਹ 'ਚ ਕੀ ਸੱਚਾਈ ਹੈ, ਕੀ ਕਾਰਨ ਨੇ, ਜੇ ਕਿਸ ਤਰ੍ਹਾਂ ਜਿਹੜਾ ਪਰਚਾ ਜਿਹੜਾ ਉਹ ਦਰਜ ਹੋਇਆ, ਇਹ ਮੈਨੂੰ ਲੱਗਦਾ ਵੀ ਜਿਹੜਾ ਇਹਦੇ 'ਤੇ ਕੋਈ ਇਨਕੁਆਇਰੀ ਬੈਠੂਗੀ ਜਾਂ ਆਉਣ ਵਾਲੇ ਸਮੇਂ 'ਚ ਕੋਰਟ ਕੀ ਫੈਸਲਾ ਲੈਂਦੀ ਹੈ ਉਹਦੇ ਡਿਪੈਂਡ ਹੈ। ਪਰ ਇਹ ਜ਼ਰੂਰ ਹੈ ਕਿ ਇੱਕ ਵਾਰੀ ਪਰਚਾ ਰਜਿਸਟਰ ਹੋਣ ਦੇ ਨਾਲ ਜਿਹੜੀ ਮੈਨੂੰ ਲੱਗਦਾ ਵੀ ਜਿਹੜੀਆਂ ਦਿੱਕਤਾਂ ਦਾ ਜਿਹੜੀਆਂ ਉਹਨੂੰ ਜ਼ਰੂਰ ਆਉਣਗੀਆਂ। ਪੰਜਾਬ ਦੇ ਕੈਬਨਿਟ ਮੰਤਰੀ ਮੀਤ ਹੇਰ ਸਾਡੇ ਨਾਲ ਨੇ। ਮੀਤ ਹੇਰ ਜੀ, ਅੱਜ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਦਾ ਜਿਹੜਾ ਐਕਟ ਹੈ ਉੱਥੋਂ ਦਾ ਗੁਰਦੁਆਰਾ ਪ੍ਰਬੰਧ ਦਾ 1956 ਦਾ, ਉਹਦੇ ਵਿੱਚ ਮਹਾਰਾਸ਼ਟਰ ਸਰਕਾਰ ਨੇ ਅਮੈਂਡਮੈਂਟ ਕਰ ਦਿੱਤੀ ਹੈ, 17 ਦੇ ਵਿੱਚੋਂ 12 ਮੈਂਬਰ ਸਿੱਧੇ ਤੌਰ 'ਤੇ ਕਹਿੰਦੇ ਨੇ ਕਿ ਸਰਕਾਰ ਨੋਮੀਨੇਟ ਕਰੇਗੀ। ਇਸ ਨੂੰ ਲੈ ਕੇ SGPC ਨੇ ਸਵਾਲ ਚੁੱਕੇ ਨੇ, ਅਕਾਲੀ ਦਲ ਸਵਾਲ ਚੁੱਕ ਰਿਹਾ, ਕਿਵੇਂ ਦੇਖਦੇ ਹੋ ਕਿ ਜਦੋਂ ਸਰਕਾਰਾਂ ਇਸ ਤਰ੍ਹਾਂ ਦੀ ਅਮੈਂਡਮੈਂਟ ਲੈ ਕੇ ਆਉਂਦੀਆਂ ਨੇ? ਦੇਖੋ ਬੇਸ਼ੱਕ ਸਾਡੀ ਇੱਕ ਸੈਕੂਲਰ ਪਾਰਟੀ ਹੈ, ਧਰਮ ਨਿਰਪੱਖ, ਅਤੇ ਮੈਨੂੰ ਲੱਗਦਾ ਕਿ ਮੈਂ ਸਮਝਦਾ ਵੀ ਹਾਂ ਕਿ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੂੰ ਧਾਰਮਿਕ ਮਸਲਿਆਂ ਜਿਹੜੀ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ। ਸੋ ਜੇ ਮਹਾਰਾਸ਼ਟਰ ਸਰਕਾਰ ਨੇ ਇਹ ਕੀਤਾ, ਦਖਲਅੰਦਾਜ਼ੀ ਕੀਤੀ ਹੈ, ਜਿਹੜਾ ਸਾਡਾ ਐਕਟ ਉਹਦੇ 'ਚ ਅਮੈਂਡਮੈਂਟ ਕੀਤੀ ਹੈ, ਤਾਂ ਇਹ ਮੰਦਭਾਗ ਹੈ। ਇਹਦੇ 'ਤੇ ਮੁੜ ਵਿਚਾਰ ਜਿਹੜਾ ਉਹਨਾਂ ਨੂੰ ਕਰਨਾ ਚਾਹੀਦਾ, ਅਤੇ ਜਿਹੜੇ ਧਾਰਮਿਕ ਆਗੂਆਂ ਦੀ ਰਾਏ ਲੈ ਕੇ, ਜਿਹੜੇ ਲੋਕ ਮਤਲਬ ਕਿ ਇਹਨਾਂ ਚੀਜ਼ਾਂ ਸਮਝਦੇ ਆ, ਉਹਨਾਂ ਦੀ ਰਾਏ ਮਸ਼ਵਰਾ ਲੈ ਕੇ ਇਹ ਚੀਜ਼ਾਂ ਕਰਨੀਆਂ ਚਾਹੀਦੀਆਂ। ਅੱਛਾ, ਪੋਲੀਟੀਕਲੀ ਹੋਰ ਵੀ ਇੱਕ ਬੜਾ ਮਸਲਾ ਜਿਹੜਾ ਹੈਗਾ ਮੇਅਰ ਚੋਣ ਦਾ, ਸੁਪਰੀਮ ਕੋਰਟ ਤੱਕ ਜਿਸ ਤਰ੍ਹਾਂ ਦਾ ਪ੍ਰਤੀਕਿਰਿਆ ਆਈ, ਰਿਐਕਸ਼ਨ ਆਇਆ, ਕਿਵੇਂ ਦੇਖਦੇ ਹੋ ਜਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ? ਚੰਡੀਗੜ੍ਹ ਇੱਕ UT ਦੇ ਇੱਕ ਮੇਅਰ ਦੀ ਚੋਣ ਹੋਵੇ, ਦੇਸ਼ ਭਰ ਦੇ ਵਿੱਚ ਰੌਲਾ ਪੈ ਜੇ? ਦੇਖੋ ਮੈਨੂੰ ਲੱਗਦਾ ਵੀ ਜੋ ਕੱਲ੍ਹ ਸੁਪਰੀਮ ਕੋਰਟ 'ਚ ਹੋਇਆ, ਅਤੇ ਉਹਦੇ ਨਾਲ ਕਹਿ ਲਓ ਵੀ ਸਾਡਾ ਜਿਹੜਾ ਡੈਮੋਕ੍ਰੇਸੀ 'ਚ, ਸਾਡਾ ਜਿਹੜਾ ਸਾਡੀ ਨਿਆਂਪਾਲਿਕਾ 'ਚ ਵਿਸ਼ਵਾਸ ਹੈ ਲੋਕਾਂ ਦਾ, ਉਹ ਹੋਰ ਜਿਹੜਾ ਮਜ਼ਬੂਤ ਹੋਇਆ, ਕਿਉਂਕਿ BJP ਨੇ ਤਾਂ ਪੂਰੇ ਦੇਸ਼ 'ਚ ਕੋਈ ਕਸਰ ਕਿਤੇ ਛੱਡੀ ਨਹੀਂ। ਪਹਿਲੀ ਗੱਲ ਤਾਂ ਜਿੱਥੇ ਇਹਨਾਂ ਦੇ ਕਿਤੇ MLA ਘੱਟ ਹੋਣ, ਪਹਿਲੀ ਗੱਲ ਤਾਂ ਉੱਥੇ ਸੌਂ ਹੀ ਨਹੀਂ ਜਿਹੜੀ ਹੈ ਚੁਕਾਉਣ ਜਿਹੜੀ ਹੈ ਦਿੰਦੇ, ਉਹਦੇ 'ਚ ਰੁਕਾਵਟਾਂ ਜਿਹੜੀਆਂ ਨੇ ਪਾਈਆਂ ਜਾਂਦੀਆਂ ਨੇ। ਤੁਸੀਂ ਦੇਖੋ ਵੀ ਆ, ਇੱਕ ਪਾਸੇ ਤਾਂ ਨਿਤਿਸ਼ ਦੀ ਘੰਟੇ 'ਚ ਰਜ਼ਾਈਨ ਦੇ ਕੇ ਘੰਟੇ ਦੁਬਾਰਾ ਸਹੁੰ ਚੁਕਾਤੀ, ਦੂਜੇ ਪਾਸੇ ਝਾਰਖੰਡ ਉਹਨਾਂ ਦੀ ਸਹੁੰ ਤੱਕ ਨਹੀਂ ਚੁਕਾਰੇ ਜਿੱਥੇ ਹੇਮੰਤ ਸੋਰੇਨ ਨੂੰ ਜਿਹੜਾ ਇਹਨਾਂ ਨੇ ਅਰੈਸਟ ਕੀਤਾ। ਸੋ ਜਿੱਥੇ ਤਾਂ BJP ਵਿਰੋਧੀ ਸਰਕਾਰ ਬਣਨੀ ਹੈ, ਪਹਿਲਾਂ ਤਾਂ ਉੱਥੇ ਵੀ ਸਰਕਾਰ ਬਣਨੀ ਨਾ ਦਿੱਤੀ ਜਾਵੇ, ਉੱਥੇ ਡਿੱਚਣਾ ਪਾਉਂਦੇ। ਜੇ ਕਿਤੇ ਫਿਰ ਬਣ ਵੀ ਜਾਂਦੀ ਹੈ, ਉੱਥੇ ਫਿਰ ਗਵਰਨਰ ਦੇ ਰਾਹੀਂ ਵੀ ਸਰਕਾਰ ਚੱਲਣ ਨਹੀਂ ਦੇਣੀ। ਇਹ ਪੂਰੇ ਦੇਸ਼ 'ਚ ਚੱਲ ਰਿਹਾ ਸੀ, ਅਤੇ ਇਹ ਚੰਡੀਗੜ੍ਹ 'ਚ ਵੀ ਸਾਨੂੰ ਪੂਰੀ ਉਮੀਦ ਸੀ ਵੀ ਇਹਨਾਂ ਨੇ ਆਹੀ ਕੁਛ ਜਿਹੜਾ ਉਹ ਕਰਨਾ ਹੈਗਾ। ਤੁਸੀਂ ਦੇਖੋ ਵੀ ਪਹਿਲਾਂ ਤਾਂ ਉਹ ਜਿਹੜੇ ਸੀਗੇ ਜਿਨ੍ਹਾਂ ਨੂੰ ਸੁਪਰੀਮ ਕੋਰਟ ਨੇ ਵੀ ਬੜੀ ਝਾੜ ਪਾਈ, ਜਿਹੜੇ ਅਬਜ਼ਰਵਰ ਸੀਗੇ ਕਿ ਜੀ ਬਿਮਾਰ ਹੋ ਗਏ, ਪਹਿਲਾਂ ਤਾਂ ਆਏ ਨਹੀਂ। ਉਹ ਵੀ ਸਾਰੇ ਪੰਜਾਬ ਨੂੰ, ਸਾਰੇ ਦੇਸ਼ ਨੂੰ ਪਤਾ ਸੀ ਵੀ ਕਿਹੜਾ ਉਹ ਬਿਮਾਰ ਹੋਏ ਸੀਗੇ। ਅਤੇ ਉਸ ਤੋਂ ਬਾਅਦ ਜੇ ਇਲੈਕਸ਼ਨ ਵੀ ਕਰਵਾਈ ਤਾਂ ਤੁਸੀਂ ਵੀ 8 ਜਿਹੜੀਆਂ ਰਿਜੈਕਟ ਕਰਤੀਆਂ। ਹਾਂ ਜੇ ਇੱਦਾਂ ਵੀ ਕਰ ਲੈਂਦੇ ਨਾ ਵੀ ਭਾਈ 4 ਆਮ ਆਦਮੀ ਪਾਰਟੀ ਦੀਆਂ ਹੋ ਗਈਆਂ ਜੀ, 2 ਕਾਂਗਰਸ ਦੀਆਂ ਹੋ ਗਈਆਂ, ਫਿਰ ਕਰ ਲੈਂਦੇ ਚਲੇ ਜਾਂਦੇ ਆ, ਭਾਜਪਾ ਦੀ ਹੋ ਗਈ, ਫਿਰ ਵੀ ਲੋਕਾਂ ਨੂੰ ਐਂ ਲੱਗਦਾ ਵੀ ਕਿਤੇ ਨਾ ਕਿਤੇ ਯਾਰ ਵੀ ਜਿਹੜਾ ਹੋ ਸਕਦਾ ਵੀ ਕਿਤੇ ਵਾਕਈ ਨਵੇਂ ਬੰਦਿਆਂ ਸਾਰਿਆਂ ਨੂੰ ਗਲਤੀ ਹੋ ਗਈ ਹੋਵੇ। ਤੁਸੀਂ 8 ਰਿਜੈਕਟ ਕਰ ਰਹੇ ਹੋ, ਉਹ ਵੀ ਤੁਸੀਂ ਦੁਬਾਰਾ ਚੋਰਾਂ ਦੀ ਤਰ੍ਹਾਂ, ਸੁਪਰੀਮ ਕੋਰਟ ਨੇ ਵੀ ਕਿਹਾ ਤੁਸੀਂ ਕੈਮਰੇ ਵੱਲ ਦੇਖ ਰਹੇ ਹੋ। ਸੋ ਸਾਰਾ ਕੁਝ ਸਪਸ਼ਟ ਹੈ, ਪਰ ਇਹ ਕੋਈ ਹੁਣ ਇਹ ਕਹਿਣ ਦੀ ਗੱਲ ਨਹੀਂ ਵੀ ਲੋਕਾਂ ਸਾਹਮਣੇ ਨੰਗੇ ਹੋਏ, ਲੋਕਾਂ ਸਾਹਮਣੇ ਤਾਂ ਪਹਿਲੇ ਨੰਗੇ ਆ ਇਹ ਸਾਰਿਆਂ ਨੂੰ ਪਤਾ BJP ਇਸ ਤਰ੍ਹਾਂ ਜਿਹੜੀ ਆ ਉਹ ਕਰਦੀ ਹੈ। ਪਰ ਮੈਨੂੰ ਲੱਗਦਾ ਵੀ ਇਹਦੇ ਨਾਲ ਜੇ ਥੋੜ੍ਹੀ ਬਹੁਤ ਵੀ ਇਹਨਾਂ 'ਚ ਸ਼ਰਮ ਹੋਈ
ਹਨਾ, ਤਾਂ ਆਉਣ ਵਾਲੇ ਸਮੇਂ 'ਚ ਜਿਹੜੀ ਥੋੜ੍ਹੀ ਕਤਾਹੀ ਵਰਤਣਗੇ ਅਤੇ ਇਸ ਤਰ੍ਹਾਂ ਦੇ ਜਿਹੜੇ ਨਹੀਂ ਕਰਨਗੇ, ਅਤੇ ਸਾਨੂੰ ਬਾਕੀ ਸੁਪਰੀਮ ਕੋਰਟ ਅਤੇ ਨਿਆਂਪਾਲਿਕਾ 'ਤੇ ਪੂਰਾ ਭਰੋਸਾ, ਆਉਣ ਵਾਲੇ ਦਿਨਾਂ 'ਚ ਇਹ ਦੁੱਧਾ ਦੁੱਧ ਪਾਣੀ ਦਾ ਪਾਣੀ ਹੋਊਗਾ ਅਤੇ ਦੁਬਾਰਾ ਇੱਥੇ ਚੋਣ ਕਰਵਾ ਕੇ ਜਿਹੜਾ ਆਮ ਆਦਮੀ ਪਾਰਟੀ 'ਚ ਜਿਹੜਾ ਮੇਅਰ ਹੈ ਉਹ ਬਣੂਗਾ। ਜੀ, ਇੱਕ ਬੜਾ ਸੈਂਸਿਟਿਵ ਮਸਲਾ, ਵਰੁਣ ਕੁਮਾਰ ਇੱਕ ਵੱਡਾ ਖਿਡਾਰੀ, DSP ਦਾ ਉਹਨੂੰ ਨਿਯੁਕਤੀ ਪੱਤਰ ਦਿੱਤਾ ਜਾਂਦਾ ਹੈ ਅਤੇ ਇੱਕ ਦਿਨ ਬਾਅਦ ਬੇਹੱਦ ਗੰਭੀਰ ਇਲਜ਼ਾਮਾਂ ਦੇ ਤਹਿਤ ਪੋਸਕੋ ਐਕਟ ਇੱਕ ਨਾਬਾਲਗ ਕੁੜੀ ਦੇ ਵੱਲੋਂ ਰੇਪ ਦੇ ਇਲਜ਼ਾਮ ਜਿਹੜੇ ਲੱਗ ਜਾਂਦੇ ਨੇ। ਦੇਖੋ, ਕਿਉਂਕਿ ਜਿਹੜੇ ਉਹ DSP ਲਗਾਏ ਗਏ ਸੀ, ਇਹ ਜਿਹੜੇ ਓਲੰਪਿਕ ਦਾ ਮੈਡਲ ਲੈ ਕੇ ਆਏ ਸੀ 2021 ਦੇ ਵਿੱਚ, ਉਹਦੇ ਜਿਹੜੀ ਅਚੀਵਮੈਂਟ ਕਰਕੇ ਜਿਹੜੇ ਪਲੇਅਰ ਇਹ ਸਾਰੇ 9 ਹਾਕੀ ਪਲੇਅਰ ਸੀ ਜਿਹੜੇ, ਕੁਛ DSP ਲਗਾਏ ਗਏ ਆ, ਕੁਛ PCS ਜਿਹੜੇ ਅਪੁਆਇੰਟ ਕੀਤੇ ਗਏ ਆ, ਅਤੇ ਇੱਕ ਏਸ਼ੀਅਨ ਮੈਡਲਿਸਟ ਸੀ ਤੇਜਿੰਦਰ ਤੂਰ ਅਤੇ ਇੱਕ ਆਪਣੀ ਹਾਕੀ ਦੀ ਲੜਕੀ। ਸੋ ਮੈਂ ਵੀ ਇਹ ਜਿਹੜੀ ਖਬਰ ਹੈ ਇਹ ਕੱਲ੍ਹ ਜਿਹੜੀ ਪਤਾ ਲੱਗਿਆ, ਹੁਣ ਇਹ 'ਚ ਕੀ ਸੱਚਾਈ ਹੈ, ਕੀ ਕਾਰਨ ਨੇ, ਜੇ ਕਿਸ ਤਰ੍ਹਾਂ ਜਿਹੜਾ ਪਰਚਾ ਜਿਹੜਾ ਉਹ ਦਰਜ ਹੋਇਆ, ਇਹ ਮੈਨੂੰ ਲੱਗਦਾ ਵੀ ਜਿਹੜਾ ਇਹਦੇ 'ਤੇ ਕੋਈ ਇਨਕੁਆਇਰੀ ਬੈਠੂਗੀ ਜਾਂ ਆਉਣ ਵਾਲੇ ਸਮੇਂ 'ਚ ਕੋਰਟ ਕੀ ਫੈਸਲਾ ਲੈਂਦੀ ਹੈ ਉਹਦੇ ਡਿਪੈਂਡ ਹੈ। ਪਰ ਇਹ ਜ਼ਰੂਰ ਹੈ ਕਿ ਇੱਕ ਵਾਰੀ ਪਰਚਾ ਰਜਿਸਟਰ ਹੋਣ ਦੇ ਨਾਲ ਜਿਹੜੀ ਮੈਨੂੰ ਲੱਗਦਾ ਵੀ ਜਿਹੜੀਆਂ ਦਿੱਕਤਾਂ ਦਾ ਜਿਹੜੀਆਂ ਉਹਨੂੰ ਜ਼ਰੂਰ ਆਉਣਗੀਆਂ। ਪਰ ਮੈਨੂੰ ਇਹੀ ਹੈ ਵੀ ਜੋ ਵੀ ਹੈ, ਜੇ ਕਿਸੇ ਨੇ ਕੋਈ ਗਲਤੀ ਕੀਤੀ ਆ ਤਾਂ ਉਹ 'ਚ ਇਨਸਾਫ਼ ਹੋਣਾ ਚਾਹੀਦਾ, ਹਾਂ ਜੇ ਬੇਕਸੂਰ ਹੈ ਤਾਂ ਵੀ ਜਿਹੜਾ ਇਨਸਾਫ਼ ਹੋਣਾ ਚਾਹੀਦਾ। ਤਾਂ ਸਾਫ਼ ਤੌਰ 'ਤੇ ਕਹਿੰਦੇ ਨੇ ਜੀ ਕਿ ਜੇ ਕਿਸੇ ਨੇ ਗਲਤੀ ਕੀਤੀ ਆ ਤਾਂ ਉਹਨੂੰ ਉਹਦੀ ਸਜ਼ਾ ਮਿਲਣੀ ਚਾਹੀਦੀ ਹੈ, ਪਰ ਜੇ ਬੇਕਸੂਰ ਹੈ ਤਾਂ ਉਹਦਾ ਸੱਚ ਸਾਹਮਣੇ ਆਉਣਾ ਚਾਹੀਦਾ। ਫਿਲਹਾਲ ਕਹਿੰਦੇ ਨੇ ਕਿ ਨਿਰਪੱਖ ਜਦੋਂ ਜਾਂਚ ਹੋਏਗੀ ਚੀਜ਼ਾਂ ਸਪਸ਼ਟ ਹੋਣਗੀਆਂ। ਕੈਮਰਾਮੈਨ ਰਜਿੰਦਰ ਕੁਮਾਰ ਦੇ ਨਾਲ ਨਰਪਿੰਦਰ ਸਿੰਘ ਬਰਾੜ, ਨਿਊਜ਼ 18, ਚੰਡੀਗੜ੍ਹ।